ਬਸ ਇੱਕ ਸੈਟਿੰਗ ਤੁਹਾਡੇ ਬੱਚੇ ਦੇ ਫੋਨ ਚੋਂ ਗਾਇਬ ਹੋ ਜਾਵੇਗਾ ਸਾਰਾ ਐਡਲਟ ਕੰਟੈਂਟ। ਹੁਣ ਨਹੀਂ ਦੇਖ ਸਕਣਗੇ ਤੁਹਾਡੇ ਬੱਚੇ ਫੋਨ ਦੇ ਵਿੱਚ ਕੋਈ ਵੀ ਗਲਤ ਚੀਜ਼। ਔਰ ਜਾਣਦੇ ਹਾਂ ਇਸ ਸੈਟਿੰਗ ਨੂੰ ਆਨ ਕਰਨ ਦਾ ਸੌਖਾ ਤਰੀਕਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਡੇਲੀ ਪੋਸਟ ਪੰਜਾਬੀ, ਮੈਂ ਹਾਂਚਲ ਜੱਗੀ। ਅੱਜ ਕੱਲ੍ਹ ਹਰ ਇੱਕ ਬੱਚੇ ਦੇ ਹੱਥ ਦੇ ਵਿੱਚ ਫੋਨ ਹੁੰਦਾ ਹੈ, ਕਿੰਨਾ ਹੀ ਸਮਾਂ ਉਹ ਜਿਹੜਾ ਫੋਨ ਦੇ ਉੱਤੇ ਬਰਬਾਦ ਕਰ ਦਿੰਦੇ ਨੇ। ਲੇਕਿਨ ਪੜ੍ਹਾਈ ਲਿਖਾਈ ਦੇ ਵੇਲੇ ਵੀ ਅਗਰ ਬੱਚਿਆਂ ਨੂੰ ਤੁਸੀਂ ਫੋਨ ਦੇਣਾ ਤਾਂ ਉਸਦੇ ਵਿੱਚ ਅਜਿਹੀ ਇੱਕ ਸੈਟਿੰਗ ਨੂੰ ਜੇਕਰ ਤੁਸੀਂ ਔਨ ਕਰ ਦਿੰਦੇ ਹੋ ਤਾਂ ਉਸਦੇ ਵਿੱਚ ਕੋਈ ਵੀ ਗਲਤ ਚੀਜ਼ ਉਹ ਨਹੀਂ ਦੇਖ ਸਕਣਗੇ। ਤਾਂ ਪੂਰੀ ਖਬਰ ਨਾਲ ਤੁਹਾਨੂੰ ਵਾਕਿਫ ਕਰਵਾ ਦਿੰਦੇ ਹਾਂ ਕਿ ਕਿਵੇਂ ਜਿਹੜੀ ਉਹ ਸੈਟਿੰਗ ਔਨ ਹੋਣੀ ਹੈ ਅਤੇ ਅਡਲਟ ਕੰਟੈਂਟ ਤੋਂ ਬੱਚਿਆਂ ਨੂੰ ਕਿਵੇਂ ਦੂਰ ਰੱਖਣਾ। ਗੇਮ ਖੇਡਣ ਤੋਂ ਲੈ ਕੇ ਪੜ੍ਹਾਈ ਤੱਕ ਫੋਨ ਦੇ ਨਾਲ ਨਾਲ ਇੰਟਰਨੈਟ ਦੀ ਵਰਤੋਂ ਕਰ ਰਹੇ ਨੇ ਤੇ ਬੱਚੇ। ਇਸ ਕਰਕੇ ਅੱਜ ਕੱਲ੍ਹ ਮਾਪਿਆਂ ਦਾ ਜਿਹੜਾ ਮਨ ਹੈ ਉਹਦੇ ਵਿੱਚ ਵੀ ਕਦੇ ਨਾ ਕਦੇ ਚਿੰਤਾ ਬਣੀ ਹੀ ਰਹਿੰਦੀ ਹੈ ਕਿ ਉਹਨਾਂ ਦਾ ਬੱਚਾ ਫੋਨ ਦੇ ਉੱਤੇ ਕੁਝ ਗਲਤ ਤਾਂ ਨਹੀਂ ਦੇਖ ਰਿਹਾ। ਅੱਜ ਅਸੀਂ ਤੁਹਾਡੀ ਇਸ ਚਿੰਤਾ ਨੂੰ ਵੀ ਪਲ ਭਰ ਦੇ ਵਿੱਚ ਦੂਰ ਕਰਨ ਜਾ ਰਹੇ ਹਾਂ ਤੇ ਅੱਜ ਅਸੀਂ ਤੁਹਾਡੀ ਜਿਹੜੀ ਹੈ ਫੋਨ ਦੇ ਵਿੱਚ ਇੱਕ ਸੈਟਿੰਗ ਦੇ ਬਾਰੇ ਦੱਸਾਂਗੇ ਜਿਸ ਦੀ ਵਰਤੋਂ ਕਰਕੇ ਤੁਸੀਂ ਆਪਣੇ ਬੱਚਿਆਂ ਨੂੰ ਅਡਲਟ ਕੰਟੈਂਟ ਦੇਖਣ ਤੋਂ ਰੋਕ ਸਕਦੇ ਹਾਂ। ਤੇ ਆਓ ਜਾਣ ਲੈਂਦੇ ਹਾਂ ਕਿ ਕਿਵੇਂ ਬਲੌਕ ਕਰਨਾ ਹੈ ਅਡਲਟ ਕੰਟੈਂਟ ਨੂੰ। ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਬੱਚਿਆਂ ਦੇ ਫੋਨ ਦੀ ਸੈਟਿੰਗ ਦੇ ਵਿੱਚ ਜਾਣਾ ਹੋਏਗਾ। ਇਸ ਤੋਂ ਬਾਅਦ ਤੁਹਾਨੂੰ ਸਰਚ ਬਾਰ ਦੇ ਵਿੱਚ ਪ੍ਰਾਈਵੇਟ DNS ਟਾਈਪ ਕਰਕੇ ਸਰਚ ਕਰਨਾ ਹੋਏਗਾ ਇਸ ਆਪਸ਼ਨ ਦਾ। ਤਾਂ ਹੁਣ ਤੁਹਾਨੂੰ ਪ੍ਰਾਈਵੇਟ DNS ਦਾ ਆਪਸ਼ਨ ਨਜ਼ਰ ਆ ਜਾਏਗਾ। ਇਸ ਦੇ ਉੱਤੇ ਕਲਿੱਕ ਕਰਨਾ ਹੈ ਅਤੇ ਇਸ ਆਪਸ਼ਨ ਦੇ ਉੱਤੇ ਜਾ ਕੇ ਇੱਕ ਨਵਾਂ ਪ੍ਰਾਈਵੇਟ DNS ਬਣਾਉਣਾ ਹੈ। ਜੇ ਤੁਹਾਨੂੰ ਇਸ ਦੇ ਬਾਰੇ ਜਿਹੜਾ ਸਮਝ ਨਹੀਂ ਹੈ ਤਾਂ ਤੁਸੀਂ ਕੁਝ ਕਿਸੇ ਵੱਡੇ ਨੂੰ ਜਾਂ ਫਿਰ ਕਿਸੇ ਸਮਝਦਾਰ ਵਿਅਕਤੀ ਨੂੰ ਜਿਸ ਨੂੰ ਫੋਨ ਦੇ ਬਾਰੇ ਨੌਲੇਜ ਹੈ ਉਸ ਨੂੰ ਪੁੱਛ ਸਕਦੇ ਹੋ। ਤਾਂ ਇਸ ਤੋਂ ਬਾਅਦ ਤੁਹਾਨੂੰ DNS ਬਾਕਸ ਦੇ ਵਿੱਚ ਅਡਲਟ ਫਿਲਟਰ DNS ਕਲੀਨ ਬਰਾਊਜ਼ਿੰਗ .org ਟਾਈਪ ਕਰਕੇ ਆਪਣੇ ਡਿਵਾਈਸ ਦੇ ਉੱਤੇ ਸੇਵ ਕਰਨਾ ਹੋਏਗਾ। ਤੁਹਾਡੀ ਸਕਰੀਨ ਦੇ ਉੱਪਰ ਇਹ ਵੈਬਸਾਈਟ ਜਿਹੜੀ ਹੈ ਸ਼ੋਅ ਕਰ ਦਿੱਤੀ ਜਾਏਗੀ। ਅਜਿਹਾ ਕਰਨ ਦੇ ਨਾਲ ਤੁਹਾਡੇ ਬੱਚੇ ਫੋਨ 'ਤੇ ਕਿਸੇ ਵੀ ਅਡਲਟ ਸਾਈਟ ਨੂੰ ਐਕਸੈਸ ਨਹੀਂ ਕਰ ਸਕਣਗੇ। ਇਸ ਦੇ ਨਾਲ ਹੀ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਆਪਣਾ ਫੋਨ ਦੇ ਰਹੇ ਹੋ ਤਾਂ ਉਸਦੇ ਵਿੱਚ ਇੱਕ ਖਾਸ ਫੀਚਰ ਨੂੰ ਹਮੇਸ਼ਾ ਔਨ ਕਰਕੇ ਰੱਖਣਾ ਹੈ ਅਤੇ ਫਿਰ ਫੋਨ ਨੂੰ ਬੱਚਿਆਂ ਨੂੰ ਜਿਹੜਾ ਹੱਥ ਦੇ ਵਿੱਚ ਦੇਣਾ। ਤਾਂ ਦਰਅਸਲ ਹਾਲ ਹੀ ਦੇ ਵਿੱਚ ਗੂਗਲ ਨੇ ਐਂਡਰੋਇਡ ਡਿਵਾਈਸ ਦੇ ਉੱਤੇ ਐਪ ਪਿਨਿੰਗ ਫੀਚਰ ਪੇਸ਼ ਕੀਤਾ ਜਿਸ ਦੀ ਮਦਦ ਦੇ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਫੋਨ 'ਤੇ ਅਡਲਟ ਕੰਟੈਂਟ ਦੇਖਣ ਤੋਂ ਰੋਕ ਸਕਦੇ ਹੋ। ਇਸ ਫੀਚਰ ਨੂੰ ਚਾਲੂ ਕਰਨ ਤੋਂ ਬਾਅਦ ਤੁਸੀਂ ਆਪਣੇ ਬੱਚਿਆਂ ਨੂੰ ਜਿਹੜੀ ਐਪ ਔਨ ਕਰਕੇ ਫੜਾਓਗੇ ਤਾਂ ਸਿਰਫ ਉਹ ਐਪ ਨੂੰ ਹੀ ਉਹ ਦੇਖ ਸਕਣਗੇ, ਉਹ ਬਾਕੀ ਐਪ ਨਹੀਂ ਖੋਲ ਸਕਣਗੇ। ਤਾਂ ਇਸ ਫੀਚਰ ਨੂੰ ਚਾਲੂ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਉਸ ਡਿਵਾਈਸ ਦੇ ਉੱਤੇ ਐਪ ਨੂੰ ਖੋਲ੍ਹਣਾ ਹੋਏਗਾ ਜਿਸ ਨੂੰ ਤੁਸੀਂ ਚਾਲੂ ਕਰਨਾ ਚਾਹੁੰਦੇ ਹੋ ਅਤੇ ਬੱਚਿਆਂ ਨੂੰ ਦੇਣਾ ਚਾਹੁੰਦੇ ਹੋ। ਉਸ ਤੋਂ ਬਾਅਦ ਫੋਨ ਦੇ ਰੀਸੈਂਟ ਟੈਬ ਆਪਸ਼ਨ 'ਤੇ ਕਲਿੱਕ ਕਰਨਾ। ਹੁਣ ਇੱਥੇ ਤੁਸੀਂ ਉਹ ਸਾਰੇ ਐਪਸ ਦੇਖ ਸਕੋਗੇ ਜੋ ਤੁਸੀਂ ਵਰਤ ਰਹੇ ਹੋ। ਹੁਣ ਤੁਹਾਨੂੰ ਉਸ ਐਪ ਦੀ ਟੈਬ ਦੇ ਉੱਤੇ ਕਲਿੱਕ ਕਰਨਾ ਹੋਏਗਾ ਅਤੇ ਟੈਬ ਦੇ ਉੱਤੇ ਲੌਕ ਦਬਾਉਣਾ ਹੋਏਗਾ। ਇਸ ਦੇ ਨਾਲ ਤੁਹਾਨੂੰ ਕਈ ਵਿਕਲਪ ਯਾਨੀ ਕਿ ਆਪਸ਼ਨਸ ਨਜ਼ਰ ਆਉਣਗੇ। ਇੱਥੇ ਹੀ ਤੁਹਾਨੂੰ ਐਪ ਪਿਨਿੰਗ ਫੀਚਰ ਵੀ ਮਿਲ ਜਾਏਗਾ ਜਿਸ ਦੇ ਨਾਲ ਤੁਸੀਂ ਇਹ ਪੂਰਾ ਪ੍ਰੋਸੈਸ ਜਦੋਂ ਕਰ ਲਓਗੇ ਤਾਂ ਤੁਹਾਡਾ ਬੱਚਾ ਅਡਲਟ ਕੰਟੈਂਟ ਤੋਂ ਕੋਸੋਂ ਦੂਰ ਰਹੇਗਾ। ਉਸਨੂੰ ਫੋਨ ਦੇ ਸਕਦੇ ਹੋ ਤੁਸੀਂ ਬਿਨਾਂ ਚਿੰਤਾ ਕੀਤੇ ਕਿ ਆਪਣੀ ਪੜ੍ਹਾਈ ਕਰੇ ਜਾਂ ਫਿਰ ਗੇਮਸ ਖੇਲੇ। ਬਿਲਕੁਲ ਵੀ ਗਲਤ ਚੀਜ਼ ਉਸਨੂੰ ਫੋਨ ਦੇ ਉੱਤੇ ਨਹੀਂ ਸ਼ੋਅ ਹੋਏਗੀ।